ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਤੇ ਤਿਆਰ ਹੋ ਗਿਆ ਸੀਗਾ, ਮੈਂ ਔਫਿਸ ਜਾਣ ਲੱਗਾ ਸੀਗਾ, ਬੱਚੇ ਚਲੇ ਗਏ ਸਕੂਲ, ਐਕਸਰਸਾਈਜ਼ ਵਗੈਰਾ ਇਹਨਾਂ ਨੇ ਕਰ ਲਈ ਸੀਗੀ, ਅਤੇ ਰੋਟੀ ਮੈਨੂੰ ਦੇ ਦਿੱਤੀ ਸੀ, ਆਪ ਖਾ ਲਈ। ਕਿਹ ਲਾਉਣੀ ਆ ਰੋਟੀਆਂ ਆਪਦੀ? ਖਾ ਲਈ ਤੁਸੀਂ? ਬਣਾ ਰਹੀ ਹੈ। ਅੱਛਾ, ਪਾਠ ਕਰ ਲਿਆ ਹੈ, ਅਰਦਾਸ ਕਰਤੀ, ਚਲੋ ਵਧੀਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਸਾਰੇ ਜਾਣੇ ਵਧੀਆ ਹੋਵੋਗੇ, ਅਸੀਂ ਸਾਰੇ ਜਾਣੇ ਬਹੁਤ ਵਧੀਆ। ਤੇ ਟਾਈਮ ਹੋ ਗਿਆ ਮਾਰਨਿੰਗ ਦਾ, ਹਲੇ ਮੈਂ ਨਹਾ ਕੇ ਆਈ ਆ, ਕੰਮ ਮੇਰੇ ਸਾਰੇ ਪਏ ਨੇ, ਨਹਾ ਕੇ ਪਾਠ ਕੀਤਾ, ਤੇ ਹੁਣ ਬਣਾਉਂਗੀ ਬੇਸਨ ਦਾ ਚਿੱਲਾ, ਦਹੀਂ ਨਾਲ ਖਾਉਂਗੀ ਬਣਾ ਕੇ, ਤੇ ਫਿਰ ਕੰਮ ਨੂੰ ਲੱਗਾਂਗੇ, ਤੇ ਚੱਲੇ ਆ ਹੁਣ ਡਿਊਟੀ। ਸਮਾਨ ਤਿਆਰ ਕੀਤਾ ਪਿਆ, ਅੱਜ ਮੌਸਮ ਖਰਾਬ ਹੋਇਆ ਪਿਆ, ਬੱਦਲ ਹੋਇਆ ਪਿਆ, ਮੀਂਹ ਪਈ ਜਾਂਦਾ, ਤੇ ਹਵਾ ਬਹੁਤ ਤੇਜ਼ ਚੱਲਦੀ ਹੈ, ਠੰਡ ਹੋ ਗਈ ਦੁਬਾਰਾ। ਹਾਂਜੀ, ਇੱਕ ਪਾਸੇ ਮੈਂ ਚਾਹ ਧਰ ਲਈ ਆਪਣੇ ਪੀਣ ਵਾਸਤੇ, ਇੱਕ ਪਾਸੇ ਮੈਂ ਘਿਓ ਧਰ ਲਿਆ ਬਣਾਉਣ ਵਾਸਤੇ, ਤੇ ਮੂੰਹ ਤੇ ਲਾ ਲਿਆ ਮੈਂ ਪੈਕ, ਅੱਜ ਮੂੰਹ ਤੇ ਮੈਂ ਪੈਕ ਲਾ ਲਿਆ, ਉਹਦੇ ਵਿੱਚ ਛਾਈਆਂ ਵਾਸਤੇ ਲਾਉਣੀ ਆ, ਪਰ ਮੇਰੀ ਛਾਈਆਂ ਹਟ ਨਹੀਂ ਰਹੀਆਂ ਹਜੇ ਪ੍ਰੋਪਰ, ਫਿੱਕ ਲਾਈਟ ਦੀਆਂ ਤਾਂ ਹੋਈਆਂ, ਬਾਕੀ ਦੇਖੋ ਪੈਕ ਮੈਂ ਰੋਜ਼ ਲਾ ਲੈਂਦੀ ਹਾਂ। ਅੱਜ ਮੈਂ ਉਹ ਲਾਇਆ ਮੱਖਣੀ ਦੇ ਵਿੱਚ ਹਲਦੀ ਪਾ ਕੇ, ਵਿੱਚ ਵਿਟਾਮਿਨ ਈ ਦੇ ਕੈਪਸੂਲ ਪਾ ਕੇ ਅੱਜ ਉਹ ਲਾਇਆ। ਹਾਂਜੀ, ਹੁਣ ਇੱਕ ਪਾਸੇ ਲੱਗੀ ਆ ਘਿਓ ਬਣਾਉਣ, ਮਲਾਈ ਤੋਂ ਜਿਹੜੀ ਕਰੀਮ ਹੁੰਦੀ ਦੁੱਧ ਦੀ, ਤੇ ਉਹ ਗੈਸ ਵਿੱਚ ਬੁਝੀ ਜਾਂਦਾ, ਇੱਧਰੋਂ ਹਵਾ ਆਉਂਦੀ ਹੈ ਬਹੁਤ, ਜਿਹੜੀ ਹਵਾ ਬਹੁਤ ਚੱਲਦੀ ਹੈ, ਇੱਧਰ ਮੈਂ ਲਾਉਂਦੀ ਹਾਂ ਜਾਗ ਦੁੱਧ ਨੂੰ, ਜਦ ਬੱਚਿਆਂ ਨੇ ਸਕੂਲੋਂ ਆਉਣਾ, ਜਦ ਨੂੰ ਦਹੀਂ ਜੰਮ ਜਾਣਾ, ਰਾਤ ਲਾਇਆ ਨਹੀਂ ਮੈਂ। ਸਾਡੇ 'ਚ ਕਿੰਨੀ ਹਵਾ ਚੱਲ ਰਹੀ ਆ, ਇੰਨੀ ਹਨੇਰੀ ਵਗ ਰਹੀ ਆ, ਪੁੱਛੋ ਨਾ ਤੁਸੀਂ, ਤੇਜ਼ ਹਵਾ ਪੂਰੀ, ਬੇੜਾ ਸੰਭਰ ਲਓ ਪੇ, ਪੱਤਿਆਂ ਢੇਰ ਲੱਗ ਗਿਆ, ਅੰਦਰ ਨੂੰ ਜਾਂਦੀ ਆ, ਜਿਹੜੇ ਅੰਦਰਲੇ ਦਰਵਾਜ਼ੇ ਨਾ ਉਹ ਵੀ ਖੜਕਦੇ ਆ ਨਾਲ, ਆਹ ਦੇਖੋ ਕਿੰਨੀ ਆਵਾਜ਼ ਕਰਦੀ ਆ। ਸਰਦਾਰ ਜੀ ਉਹ ਫਾਈਬਰ ਜੀ ਠੀਕ ਕਰਨ ਲੱਗ ਗਏ, ਕਿੰਨੀ ਅੱਜ ਇਹ ਨੀ ਖੜਨੀ ਆ, ਇੰਨੀ ਹਵਾ ਤੇਜ਼ ਆ। ਹਾਂਜੀ, ਅੱਜ ਮੈਂ ਲੇਟ ਹੋ ਗਿਆ, ਟਰੇ ਗਿਆ ਜੀ ਉਹਨਾਂ ਦੀ ਦੇਸੀ, ਆ ਟਰੇ ਵੇਖ ਲਓ, ਗਰੀਬ ਦੀ, ਗਰੀਬ ਦੀ ਟਰੇ ਗਈ ਆ, ਮੈਂ ਆ ਰਹੀ ਆ ਗਰੀਬੜੀ, ਕੌਣ ਗਰੀਬ ਦੀ ਟਰੇ ਕਹਿੰਦੇ, ਕਿੱਥੇ ਗਰੀਬੜੀਆਂ ਤੂੰ, ਸੂਟ ਦਾ ਇਹਲਾ ਕਿੰਨਾ ਵਧੀਆ ਪਾਇਆ ਅੱਜ, ਟੌਰ ਕਿੰਨੀ ਲਾਈ ਅੱਜ, ਇਹ ਸੂਟ ਮੰਗ ਪਾਂਜਰਾ, ਹੈ ਮੇਰਾ ਨਹੀਂ ਹੈਗਾ ਸੂਟ, ਮੇਰਾ ਬਾਹਰ ਬੈਠਣਾ, ਮੰਗ ਮਾ ਸੂਟ, ਹੈ ਹਾਂ ਬਾਹਰ ਬੈਠਾ, ਮੰਗ ਮਾ ਸੂਟ ਲੈ, ਮੇਰੀ ਮੰਮੀ ਦੇ ਸੀ ਇਹ, ਇੰਨਾ ਵਧੀਆ ਸੂਟ ਆ, ਪਰ ਉਹ ਮੰਗ ਮਾ ਥੋੜੀ ਜ਼ਿਆਦਾ, ਉਹਨਾਂ ਦੀ ਗੱਲ ਕਰ ਕੁਦਰਤੀ ਵੀ, ਜਦੋਂ ਲੈ ਕੇ ਆਈ ਸੀਗੀ ਅੰਕਿਤਾ ਸੂਟ ਸੀਗਾ, ਲੈ ਕੇ ਆਂਦਾ ਮੰਮੀ ਨੇ, ਮੈਂ ਕਿਹਾ ਸੂਟ ਬਹੁਤ ਸੋਹਣਾ ਮੈਨੂੰ ਦੇ ਦਿਓ, ਮੈਂ ਨਹੀਂ ਦੇਣਾ ਇਹ ਸੂਟ, ਹੋਰ ਕੀ ਹੋ ਗਿਆ, ਬਹੁਤ ਸੋਹਣਾ ਇਹ, ਇਹ ਟੇਲਰ ਨੇ ਗਲਤ ਮਾਰ ਦਿੱਤਾ, ਸਿਉਤਾ ਹਾਂ, ਇਹਦਾ ਗਲ ਮਾ ਟੇਲਰ ਨੇ ਬੜਾ ਵੱਡਾ ਕਰਤਾ, ਹਾਂ ਤੇਰੇ ਮੇਰੇ ਕੰਮ ਆ ਗਿਆ, ਮੇਰੀ ਨੀਤ ਰੱਖੀ ਥੱਲੇ ਬਹਿ ਕੇ ਬਣੀ ਅੱਜ, ਮੇਰੀ ਨੀਤ ਰੱਖੀ ਮੇਰੇ ਕੰਮ ਆ ਗਈ, ਮੈਂ ਚਾਹ ਥੱਲੇ ਬਹਿ ਕੇ ਬਣੀ ਅੱਜ, ਕੁਰਸੀ ਮੈਂ ਹੀ ਲਿਆਉਂਗੀ, ਆ ਪਈ ਆ, ਆ ਦੇਖੋ ਪਈ ਆ, ਮੰਜੇ ਡਾ ਲਓ, ਹੈ ਇੱਕ ਹੈ ਤਾਂ ਕੁਰਸੀ, ਦੂਜਾ ਬੰਦਾ ਕੋਈ ਮੈਂ ਬੈਠੂ, ਤੁਸੀਂ ਮੰਜੇ ਤੇ ਬਹਿ ਜਾਓ, ਠੀਕ ਆ, ਚਲੇ ਚੱਲਾਂਗੇ, ਇੱਕ ਦਿਨ ਕਰਕੇ 10 ਦਿਨ ਕਰਦੇ ਨੇ ਹੈਗੇ, ਤੁਸੀਂ ਮੈਂ ਕਿਹਾ ਸੈਰ ਕਰਨ ਦੇ ਦੀਗੇ, ਸੈਰ ਮਾਰਤਾ ਤੂੰ ਕਰਨਗੇ ਕਮਲ ਸਿਉ, ਫਿੱਟ ਹੋ ਜਾ ਫਿੱਟ,
ਕਮਲ ਸਾਹਿਬ ਫਿੱਟ ਆਉਣਾ ਪੈਣਾ ਤੈਨੂੰ ਐ ਕਹਿੰਦਾ ਹੁੰਦਾ ਚਲ ਹਲਾ ਚਾਹ ਪੀਏ ਨਾਲ ਬਿਸਕੁਟਾਂ ਦਾ ਢਾਡਾ ਪਾ ਧਰ ਲੈ ਕੀ ਗੱਲ ਠੰਡ ਤਾਂ ਨੀ ਹੈਗੀ ਮੈਂ ਬਾਹਰ ਤੁਰਦਾ ਆਇਆ ਸਾਰੀ ਦਿਹਾੜੀ ਠੰਡ ਨੀ ਲੱਗ ਰਹੀ ਹੈਗੀ ਹਵਾ ਹੀ ਹੈ ਇਕੱਲੀ ਜਿਹੜੀ ਗੱਲ ਮਹਿੰਗਾ ਤੇ ਉਲਟ ਜਾਣਾ ਹੁੰਦਾ ਇਹਨਾਂ ਨੇ ਸੋਚੀ ਹੋਣਾ ਬਾਲਾ ਤੇ ਕਹਿੰਦੇ ਠੰਡ ਬਹੁਤ ਆ ਹਵਾ ਚੱਲ ਰਹੀ ਹੈ ਬਹੁਤ ਤੇਜ਼ ਜ਼ਿਆਦਾ ਕਿੰਨੇ ਕੱਪੜੇ ਪਾਏ ਹਨ ਫਿਰ ਅੱਜ ਠੰਡ ਚ ਸਵੇਰੇ ਕਣੀਆਂ ਵੀ ਪੈ ਗਈਆਂ ਸੀਗੀਆਂ ਠੰਡ ਦੁਬਾਰਾ ਹੋ ਚੁੱਕੀ ਹੈ ਠੀਕ ਹੈ ਜੀ ਧੰਨਵਾਦ ਚਾਹ ਪੀਨੇ ਹੁਣ ਚਾਹ ਨਾਲ ਖਾਂਦੇ ਬਿਸਕਟ ਜਿਹੜੇ ਗੁਰਮੇਰ ਲੈ ਕੇ ਆਇਆ ਸੀ ਵਧੀਆ ਲਵਲੀ ਵਾਲੇ ਨੇ ਹਨਾ ਜਲੰਧਰ ਵਾਲੇ ਦੇ ਸਵਾਦ ਆ ਪਰ ਬਹੁਤ ਟੇਸਟੀ ਬਿਸਕਟ ਨੇ ਚੱਕੋ ਚਾਹ ਲਓ ਜੀ ਫੋਨ ਚੱਕ ਲਿਆ ਹੁਣ ਜੇ ਮੈਂ ਮਾੜਾ ਜਿਹਾ ਚੱਕ ਲਾ ਨਾ ਜਦੀ ਪਿੱਛੇ ਪੈ ਜਾਣਾ ਮੈਂ ਚੱਲੀ ਅੰਦਰ ਇਕੱਲੇ ਫੋਨ ਮੈਂ ਤਾਂ ਕੁਛ ਨੀ ਦੇਖਣਾ ਕੁਛ ਨੀ ਦੇਖਣਾ ਹੈਗਾ ਮੈਂ ਜੀ ਘਰ ਨੂੰ ਚੱਲਿਆ ਹੁਣ ਅਸੀਂ ਵਾਪਸ ਮੈਨੂੰ ਆਫਿਸ ਦਾ ਕੰਮ ਸੀਗਾ ਥੋੜ੍ਹਾ ਕੰਪਲੈਕਸ ਦੇ ਵਿੱਚ ਉੱਥੇ ਗਿਆ ਸੀਗਾ ਉਹ ਤੋਂ ਫਿਰ ਖਾਣ ਨੂੰ ਲਿਆ ਬੱਚਿਆਂ ਨੂੰ ਸਮਾਨ ਬੱਚੇ ਕਹਿੰਦੇ ਬੱਚਿਆਂ ਦਾ ਖੈਰ ਕੁਛ ਨੀ ਗਿਆ ਸੀ ਹਨਾ ਨਾ ਅੱਜ ਆਪ ਹੀ ਲੈ ਚੱਲੇ ਅਸੀਂ ਅੱਜ ਮੌਸਮ ਠੰਡਾ ਸਤਾ ਲੈ ਰਿਹਾ ਅੱਜ ਇੰਨੀ ਹਵਾ ਚੱਲ ਰਹੀ ਆ ਸਾਰੇ ਪਾਸੇ ਹੀ ਆ ਉਹ ਕਮੈਂਟ ਤੇ ਦੱਸੇ ਸਾਰੇ ਪਾਸੇ ਹੀ ਆ ਇਹ ਹਵਾ ਹਨੇਰੀ ਹੋ ਗਈ ਸਾਰੇ ਹੀ ਆ ਹੁਣ ਬੱਦਲ ਹੋਇਆ ਪਿਆ ਮੀਂਹ ਹੁਣ ਹਵਾ ਘਟੀ ਹੋਈ ਆ ਪਰ ਇਸ ਟਾਈਮ ਹਨਾ ਮੀਂਹ ਤੇ ਆ ਰਹਾ ਨਾ ਆਊਗਾ ਤੇ ਕੰਮ ਹਲੇ ਹੋਇਆ ਨਹੀਂ ਪੂਰਾ ਦੁਬਾਰਾ ਗੇੜਾ ਮਾਰਨਾ ਪਊਗਾ ਟਾਈਮ ਲੱਗ ਗਿਆ ਕੰਮ ਫੇਰ ਵੀ ਨਹੀਂ ਹੋਇਆ ਚਲੋ ਖਾਣ ਪੀਣ ਵਾਲਾ ਕੰਮ ਤਾਂ ਹੋ ਗਿਆ ਕਰਨਾ ਸੀਗਾ ਖਾਣ ਪੀਣ ਵਾਲਾ ਹੋ ਗਿਆ ਹਨਾ ਦੁਬਾਰਾ ਆਉਂਗੇ ਦੁਬਾਰਾ ਆਉਣਾ ਹੀ ਪੈਣਾ ਫਿਰ ਹੁਣ ਹੋਰ ਸੌਰਭ ਨੂੰ ਕਹਿ ਦਿਓ ਉਹਨੂੰ ਕੀ ਕਹੂੰਗਾ ਮੈਂ ਇਹਨੂੰ ਸਿਰਫ ਫੜ ਲਿਆਈ ਤੇ ਨਾਲੇ ਗੱਲ ਕਰ ਜੀ ਆਂ ਦੀ ਅੱਛਾ ਆਹੋ ਮੋਟਰਸਾਈਕਲ ਤੇ ਆ ਜੂ ਹਾਂ ਉਹਨੂੰ ਕਹਿ ਦਿਓ ਜਿਹੜਾ ਉੱਥੇ ਦੀ ਗੱਲ ਕਰ ਰਹੇ ਆ ਉਹ ਆਪਣੇ ਸ਼ੋਅ ਦੇ ਵਾਲੀ ਜੈਪੁਰ ਵਾਲੀ ਜੈਪੁਰ ਦੀ ਉਹ ਟਿਕਟਾਂ ਦਾ ਹਾਂ ਚੱਲ ਉਹ ਕਹਿ ਦਾਂਗੇ ਉਹਨੂੰ ਹਨਾ ਹਾਂ ਉਹ ਲੈ ਮੋਟਰਸਾਈਕਲ ਤੇ ਲਿਆਉ ਫੜ ਕੇ ਉਧਰੋਂ ਫਿਰ ਜਾ ਕੇ ਲਾਉਣੇ ਉਹਨੂੰ ਫੋਨ ਅਜੇ ਟਾਈਮ ਲੱਗੂ ਟਾਈਮ ਕਾਹਦਾ ਲੱਗੂ ਉੱਥੇ ਇਹਨੂੰ ਫੋਟੋਗ੍ਰਾਫਰ ਨੂੰ ਹਨਾ ਅੱਧੇ ਘੰਟੇ ਤੱਕ ਜਾਵੇ ਅੱਧੇ ਘੰਟੇ ਤੱਕ ਕਹਿਦਾਂਗੇ ਚਲੋ ਠੀਕ ਆ ਚੁੰਨੀ ਫੜ ਆਹ ਤਿੰਨੇ ਜਾਣੇ ਨਾ ਮਾਂ ਪੁੱਤ ਰਲ ਕੇ ਮਿੰਟੋ ਮਿੰਟ ਖਾ ਗਏ ਸਾਰਾ ਸਮਾਨ ਮੈਨੂੰ ਭੋਰਾ ਨੀ ਪੁੱਛਿਆ ਵੀ ਖਾ ਲਓ ਭਾਈ ਵਿੱਚ ਦੀ ਮੈਂ ਉੱਥੇ ਕਿਹਾ ਸੀ ਮੈਂ ਆਪਦੇ ਵਾਸਤੇ ਲੈ ਕੇ ਨਹੀਂ ਆਇਆ ਸੀ ਖਾਣ ਲਈ ਤੇ ਆ ਦੇ ਲਾ ਕਿਵੇਂ ਲੱਗੇ ਹੋਏ ਨੇ ਹੁਣ ਮੈਨੂੰ ਪੁੱਛਾ ਮੈਨੂੰ ਪੁੱਛੋ ਕੀ ਪੁੱਛਾਂ ਜਦੋਂ ਤੋਂ ਲੈਣ ਲੱਗੇ ਨਾ ਕਹਿੰਦੇ ਮੈਂ ਤਾਂ ਖਾਣਾ ਨਹੀਂ ਗੰਦ ਮੰਦ ਪਰ ਇੱਕ ਅੱਧਾ ਪੀਸ ਤਾਂ ਬੰਦਾ ਪੁੱਛ ਹੀ ਲੈਂਦਾ ਵੀ ਖਾ ਲਓ ਇੱਕ ਅੱਧਾ ਪੀਸ ਖਾ ਕੇ ਤੇਰਾ ਟੇਸਟ ਦੇਖ ਲਓ ਫੋਰਸ ਕਰਨਾ ਗੰਦ ਮੰਦ ਖਾਣ ਨੂੰ ਇਹਨਾਂ ਨੂੰ ਟੇਸਟ ਅਗਲਾ ਕਹਿੰਦਾ ਟੇਸਟ ਹੀ ਦੇਖ ਲਓ